ਸਵਾਗਤ ਹੈ ਜੀ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਜੋਬ ਨਿਊਜ਼ ਅੱਡਾ ਦੇ ਵਿੱਚ। ਦੋਸਤੋ, ਪੰਜਾਬ ਪੁਲਿਸ ਦੀ ਜਿਹੜੀ SP ਪੋਸਟ ਹੈ ਸੈਂਟਰ ਵੱਲੋਂ ਉਸਨੂੰ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਉਹ ਅਨਾਊਂਸ ਵੀ ਹੋ ਚੁੱਕੀ ਹੈ। ਤੁਹਾਨੂੰ ਇਸ ਦੀ ਡਿਟੇਲ ਵੀ ਦੱਸਾਂਗੇ, ਬਟ ਉਸ ਤੋਂ ਪਹਿਲਾਂ ਰਿਕੁਐਸਟ ਹੈ, ਜੇ ਚੈਨਲ 'ਤੇ ਨਿਊ ਹੋ ਤਾਂ ਲੇਟੈਸਟ ਭਰਤੀ ਡਿਟੇਲ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਇਸ ਤੋਂ ਬਾਅਦ ਦੋਸਤੋ ਗੱਲ ਕਰਾਂਗੇ ਪੰਜਾਬ ਪੁਲਿਸ ਕੋਂਸਟੇਬਲ ਭਰਤੀ ਦੀ। ਰੋਜ਼ ਕਮੈਂਟ ਦੇਖਣ ਨੂੰ ਮਿਲਦੀ ਹੈ ਕਿ ਭਰਤੀ ਬਾਰੇ ਦੱਸੋ, ਤਾਂ ਦੋਸਤੋ 16 ਸਤੰਬਰ ਲਾਸਟ ਨਿਊਜ਼ ਆਈ ਸੀ, ਉਸ ਤੋਂ ਬਾਅਦ ਅਜੇ ਕੋਈ ਨਿਊਜ਼ ਨਹੀਂ ਆਈ। ਕਿਹਾ ਤਾਂ ਆਹੀ ਗਿਆ ਸੀ ਕਿ ਬਹੁਤ ਛੇਤੀ ਪੋਸਟਾਂ ਅਨਾਊਂਸ ਕੀਤੀ ਜਾਵੇਗੀ, ਬਟ 1 ਮਹੀਨਾ 4 ਦਿਨ ਉੱਤੇ ਹੋ ਗਏ, ਹਾਲੇ ਕੋਈ ਨਿਊਜ਼ ਨਹੀਂ ਹੈ ਪੋਸਟਾਂ ਅਨਾਊਂਸ ਹੋਣ ਦੀ। ਗੱਲ ਤਾਂ ਦੂਰ ਦੀ ਹੈ, ਜਦੋਂ ਵੀ ਕੋਈ ਨਿਊਜ਼ ਆਵੇਗੀ ਛੋਟੀ ਵੱਟੀ ਜੋ ਵੀ ਨਿਊਜ਼, ਤੁਹਾਨੂੰ ਸਭ ਤੋਂ ਪਹਿਲਾਂ ਇਸੇ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਏਗੀ। ਸੋ ਇਸ ਤੋਂ ਬਾਅਦ ਦੋਸਤੋ ਗੱਲ ਕਰਦੇ ਹਾਂ SP ਪੋਸਟ ਦੀ, ਜਿਹੜੀ ਹੈ SP ਜਾਨ ਕਿ ਸੁਪਰਡੈਂਟ ਆਫ ਪੁਲਿਸ ਦੀ। 6 ਪੋਸਟਾਂ ਇਹਨਾਂ ਨੇ ਅਨਾਊਂਸ ਕੀਤੀ ਹੈ, ਜਿਹੜੀ 2017 ਤੋਂ ਪੈਂਡਿੰਗ ਪਈ ਸੀ, ਅਤੇ ਦੋਸਤੋ ਇਹ ਪੋਸਟਾਂ ਜਿਹੜੀ ਹੈ ਜ਼ਰੂਰਤ ਮੁਤਾਬਕ ਵੱਧ ਵੀ ਸਕਦੀ ਹੈ। ਇਸ ਤੋਂ ਬਾਅਦ ਦੋਸਤੋ ਇਹਨਾਂ ਨੇ ਦਿੱਤੀ ਹੈ ਇੱਥੇ ਸੈਲਰੀ 1,18,500 ਤੋਂ ਸਟਾਰਟ ਹੋ ਜਾਏਗੀ, ਜੀ 2,14,100 ਰੁਪਈਏ ਤੱਕ ਰਹੇਗੀ। ਇਸ ਤੋਂ ਬਾਅਦ ਦੋਸਤੋ ਇਹਨਾਂ ਨੇ ਇੱਥੋਂ ਤੁਸੀਂ ਦੇਖ ਸਕਦੇ ਹੋ ਏਜ ਲਿਮਿਟ ਫੋਰ ਡਾਇਰੈਕਟ ਰਿਕਰੂਟਮੈਂਟ ਵਾਸਤੇ ਇਹਨਾਂ ਨੇ ਕੋਈ ਏਜ ਲਿਮਿਟ ਨਹੀਂ ਦੱਸੀ ਹੋਈ, ਅਤੇ ਨਵੇਂ ਕੈਂਡੀਡੇਟਾਂ ਵਾਸਤੇ ਇਹਨਾਂ ਨੇ ਕੋਈ ਡਿਟੇਲ ਇੱਥੇ ਨਹੀਂ ਦਿੱਤੀ। ਅਤੇ ਇੱਥੇ ਇਸਦਾ ਦੋਸਤੋ ਰੀਜ਼ਨ ਇਹ ਹੈ ਕਿ ਇਹਨਾਂ ਨੇ ਇੱਥੇ 2 ਸਾਲ ਦਾ ਐਕਸਪੀਰੀਅੰਸ ਜਿਹੜਾ ਹੈ ਉਹ ਮੰਗਿਆ ਹੈ, ਅਤੇ ਕੁਆਲੀਫਿਕੇਸ਼ਨ ਤੁਹਾਡੀ ਰੱਖੀ ਹੈ ਜੀ ਬੈਚਲਰ ਡਿਗਰੀ, ਨਾਲੇ 2 ਸਾਲਾਂ ਦਾ ਐਕਸਪੀਰੀਅੰਸ ਹੋਏ ਤੁਹਾਡੇ ਕੋਲ। ਇਹ ਜਿਹੜੀ ਪੁਲਿਸ ਦੀ ਬ੍ਰਾਂਚ ਹੁੰਦੀ ਹੈ ਕ੍ਰਿਮੀਨਲ ਬ੍ਰਾਂਚ ਜਾਂ ਫਿਰ ਇਹ ਸਾਈਬਰ ਕ੍ਰਾਈਮ ਵਾਲੀ ਬ੍ਰਾਂਚ, ਉਸਦਾ ਐਕਸਪੀਰੀਅੰਸ ਤੁਹਾਡੇ ਕੋਲ ਹੈ ਤਾਂ ਤੁਸੀਂ ਇੱਥੇ ਅਪਲਾਈ ਕਰ ਸਕਦੇ ਹੋ। ਬਾਕੀ ਵਧੇਰੀ ਜਾਣਕਾਰੀ ਵਾਸਤੇ ਦੋਸਤੋ ਇਹ ਨੋਟੀਫਿਕੇਸ਼ਨ ਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਪ੍ਰੋਵਾਈਡ ਕਰਵਾ ਦਾਂਗੇ, ਉੱਥੋਂ ਤੁਸੀਂ ਜਾ ਕੇ ਆਰਾਮ ਨਾਲ ਚੈੱਕ ਕਰ ਲਿਓ। ਜੇ ਤੁਸੀਂ ਡਿਪਾਰਟਮੈਂਟ ਵਿੱਚ ਲੱਗੇ ਹੋਏ ਹੋ, ਵਧੀਆ ਚਾਂਸ ਹੈ ਦੋਸਤੋ, ਉਂਝ ਤਾਂ SP ਲੱਗਣ ਵਾਸਤੇ ਤੁਹਾਨੂੰ ਤਕਰੀਬਨ ਮੰਨ ਸਕਦੇ ਹੋ 9-10 ਐਗਜ਼ਾਮ ਜਿਹੜੇ ਉਹ ਫਾਈਟ ਕਰਨੇ ਹੁੰਦੇ ਆ, ਫਿਰ ਜਾ ਕੇ ਤੁਸੀਂ SP ਲੱਗਦੇ ਹੋ, ਠੀਕ ਹੈ। ਸੋ ਦੋਸਤੋ ਇਸ ਅੱਜ ਦੀ ਵਕੈਂਸੀ ਡਿਟੇਲ ਉਮੀਦ ਕਰਦੇ ਆ ਤੁਹਾਨੂੰ ਜ਼ਰੂਰ ਸਮਝ ਲੱਗੀ ਹੋਏਗੀ। ਨੈਕਸਟ ਵੀਡੀਓ ਦੇ ਵਿੱਚ ਦੋਸਤੋ ਫਿਰ ਮੁਲਾਕਾਤ ਹੋਏਗੀ, ਉਦੋਂ ਤੱਕ ਦੇ ਲਈ ਰੱਬ ਰਾਖਾ।